ਹਾਂਜੀ ਸਟੂਡੈਂਟਸ, ਵੈਲਕਮ ਕਰਦੇ ਹਾਂ ਤੁਹਾਡਾ ਤੂਰ ਸਟੱਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ BA ਸਮੈਸਟਰ 3rd ਸਮੈਸਟਰ 3rd ਦਾ ਜੋ ਅੱਜ ਇੰਗਲਿਸ਼ ਦਾ ਇਗਜ਼ਾਮ ਹੋਇਆ BA ਅਤੇ BSc, ਠੀਕ ਹੈ, 3rd ਇੰਗਲਿਸ਼ ਕੰਪਲਸਰੀ ਦਾ ਜੋ ਅੱਜ ਇਗਜ਼ਾਮ ਹੋ ਚੁੱਕੇ ਇਗਜ਼ਾਮ ਦੀ ਆਪਾਂ ਤੁਹਾਡੇ ਨਾਲ ਆਨਸਰ ਕੀ ਡਿਸਕਸ ਕਰਾਂਗੇ। ਆਈ ਹੋਪ ਤੁਹਾਡਾ ਸਾਰਿਆਂ ਦਾ ਜਿਹੜੇ ਕਿ ਇਗਜ਼ਾਮ ਬਹੁਤ ਵਧੀਆ ਗਿਆ ਹੋਣਾ ਅਤੇ ਇਗਜ਼ਾਮ ਬਹੁਤ ਈਜ਼ੀ ਸੀ, ਰਿਪੀਟਡ ਕੁਸ਼ਚਨ ਬਹੁਤ ਜ਼ਿਆਦਾ ਸੀ। ਮੈਂ ਤੁਹਾਨੂੰ ਕਿਹਾ ਹੀ ਸੀ ਕਿ ਕੁਸ਼ਚਨ ਆਨਸਰ ਵੀ ਰਿਪੀਟ ਹੁੰਦੇ ਨੇ ਅਤੇ ਗ੍ਰੈਮਰ ਵੀ ਰਿਪੀਟ ਹੁੰਦੀ ਆ, ਜਿਵੇਂ ਕਿ ਨੋਨ ਫਨਾਈਟ ਨੇ, ਨੋਨ ਫਨਾਈਟ 5 ਆਏ ਸੀ, ਤੁਹਾਨੂੰ 4 ਉਹਦੇ ਵਿੱਚੋਂ ਰਿਪੀਟ ਸੀ। ਅਤੇ ਮੈਂ ਇੱਕ ਵੀਡੀਓ ਵੀ ਬਣਾਈ ਸੀ ਜਿਹਦੇ ਵਿੱਚ 2016 ਤੋਂ ਲੈ ਕੇ 23 ਤੱਕ ਦੀ ਸਾਰੀ ਗ੍ਰੈਮਰ ਕਰਵਾਈ ਹੋਈ ਸੀ, ਜਿਹਦੇ ਵਿੱਚ ਨੋਨ ਫਨਾਈਟ ਅਲੱਗ ਵੀਡੀਓ ਸੀ, ਹੈ ਨਾ, ਅਤੇ ਡੂਐਸ ਡਾਇਰੈਕਟ ਅਲੱਗ ਸੀ, ਅਤੇ ਸਿਮੀਲਰ ਆਏ ਹੋਏ ਨੇ। ਨੋਨ ਫਨਾਈਟ ਤਾਂ ਸਿਰਫ ਇੱਕ ਚੇਂਜ ਆ, ਬਾਕੀ ਸਾਰੇ ਓਲਡ ਨੇ। ਅਤੇ ਜਿਹੜੇ ਕਿ ਗ੍ਰੈਮਰ ਪੋਰਸ਼ਨ ਡੂਐਸ ਡਾਇਰੈਕਟ ਦੇ ਵਿੱਚ ਵੀ 7 ਸੈਂਟੈਂਸ ਰਿਪੀਟ ਸੀ। ਹਾਂਜੀ, ਅਤੇ ਤਾਂ ਹੀ ਤੁਹਾਨੂੰ ਕਹਿੰਦੇ ਹੁੰਦੇ ਕਿ ਪ੍ਰੀਵੀਅਸ ਜਿਹੜੇ ਕਿ ਈਅਰ ਇਗਜ਼ਾਮ ਹੁੰਦੇ ਨੇ ਉਹਨਾਂ ਨੂੰ ਧਿਆਨ ਦੇ ਨਾਲ ਕਰਿਆ ਕਰੋ, ਅਤੇ ਜੋ ਵੀ ਆਪਾਂ ਵੀਡੀਓ ਅਪਲੋਡ ਕਰਦੇ ਹਾਂ ਉਹਨੂੰ ਧਿਆਨ ਦੇ ਨਾਲ ਆਪਣੇ ਵਾਚ ਕਰਿਆ ਕਰੋ, ਅਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਟੂਡੈਂਟਸ। ਜਿੰਨੀ ਤੁਸੀਂ ਸ਼ੇਅਰ ਕਰੋਗੇ ਵੀਡੀਓਜ਼, ਉਹਨੂੰ ਮੈਨੂੰ ਮੋਟੀਵੇਸ਼ਨ ਮਿਲਦੀ, ਮੈਂ ਫਿਰ ਤੋਂ ਵਧੀਆ ਤੁਹਾਡੇ ਲਈ ਬੈਸਟ ਟੂ ਬੈਸਟ ਅਤੇ ਇੰਪੋਰਟੈਂਟ ਮੋਸਟ ਇੰਪੋਰਟੈਂਟ ਟੋਪਿਕਸ ਲੈ ਕੇ ਆਇਆ ਕਰੂੰਗੀ। ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਮੈਨੂੰ ਇਹ ਬਹੁਤ ਜ਼ਰੂਰਤ ਹੈ ਕਿਉਂਕਿ ਚੈਨਲ ਨੂੰ ਸਬਸਕ੍ਰਾਈਬਰ ਵੀ ਬਹੁਤ ਘੱਟ ਨੇ, ਹੈ ਨਾ, ਜਿਸ ਹਿਸਾਬ ਨਾਲ ਆਪਾਂ ਮਿਹਨਤ ਕਰਦੇ ਹਾਂ, ਅਤੇ ਵੀਡੀਓਜ਼ ਵੀ ਉਸ ਹਿਸਾਬ ਨਾਲ ਨਹੀਂ ਜਿਹੜੇ ਕਿ ਅੱਗੇ ਸ਼ੇਅਰ ਹੁੰਦੇ ਆ, ਜਿਸ ਹਿਸਾਬ ਨਾਲ ਆਪਾਂ ਮਿਹਨਤ ਕਰਦੇ ਹਾਂ। ਸੋ ਪਲੀਜ਼, ਆਈ ਨੀਡ ਯੂਅਰ ਸਪੋਰਟ। ਹਾਂਜੀ, ਹੁਣ ਆਪਾਂ ਆਨਸਰ ਕੀ ਡਿਸਕਸ ਕਰਦੇ ਹਾਂ। ਅਤੇ ਪਹਿਲਾਂ ਤਾਂ ਹੈਗੇ ਸੀ ਕੰਟੈਕਸਟ ਐਕਸਪਲੇਨੇਸ਼ਨ, ਇਹ ਬਹੁਤ ਈਜ਼ੀ ਆ ਗਏ, ਹੈ ਨਾ, ਅਤੇ ਹਰ ਇੱਕ ਸਟੂਡੈਂਟ ਦੇ ਜਿਹੜੇ ਕਿ ਜਿਨ੍ਹਾਂ ਨੇ ਵੀ ਚੈਨਲ ਤੋਂ ਤਿਆਰੀ ਕੀਤੀ ਆ ਤਾਂ 40+ ਜਾਣ ਵਾਲੀ ਮਾਰਕਸ ਨੇ, ਕੋਈ ਇੱਦਾਂ ਦਾ ਹੈ ਨਹੀਂ ਕੁਸ਼ਚਨ ਕਿ ਆਪਾਂ ਨੇ ਜੋ ਨਾ ਕਰਵਾਇਆ ਹੋਵੇ, ਹੈ ਨਾ, ਉਹ ਆ ਗਿਆ ਹੋਵੇ। ਹਾਂਜੀ, ਇਹ ਜਿਹੜੀ ਕਿ ਇਹ ਸੀ ਪੋਇਮ ਮਨੀ ਮੈਡਨੈਸ, ਠੀਕ ਹੈ, ਅਤੇ ਇਹ ਵੀ ਸਾਰਾ ਤੁਹਾਨੂੰ ਕਿਹਾ ਹੋਇਆ ਸੀ। ਅਤੇ ਇਹ ਜਿਹੜੇ ਦੋ ਤਿੰਨ ਆਪਾਂ ਨੇ ਚਾਰੇ ਪੋਇਮਾਂ ਕੀਤੀਆਂ ਸੀ ਇਹਦੇ ਵਿੱਚੋਂ, ਮੈਂ ਇਹ ਪੋਇਮਾਂ ਦੇ ਤਾਂ ਤੁਹਾਨੂੰ ਕਿਹਾ ਸੀ ਕਿ ਕੁਸ਼ਚਨ ਆਨਸਰ ਦੇ ਵਿੱਚੋਂ ਹੀ ਤੁਹਾਡਾ ਕੰਟੈਕਸਟ ਐਕਸਪਲੇਨੇਸ਼ਨ ਹੋ ਜਾਣਗੇ। ਸੋ ਸੇਮ ਹੀ ਉਵੇਂ ਆਏ ਹੋਏ ਨੇ। ਟੂ ਰੋਡ ਡੀ ਵਰਡਸ, ਇਹ ਤਾਂ ਇੱਥੇ ਪਤਾ ਲੱਗ ਰਿਹਾ ਕਿਹੜੀ ਸੀ ਇਹ, ਦਾ ਰੋਡ ਨੋਟ ਟੇਕਨ, ਠੀਕ ਹੈ, ਤਾਂ ਦੋਨੋਂ ਦੇ ਹਿੰਟ ਮਿਲ ਰਿਹਾ ਸੀ। ਅਤੇ ਅੱਗੇ ਵੀ ਜਿਹੜੇ ਕਿ ਆ ਵੀ ਸਾਰੇ ਕਰਵਾਏ ਹੋਏ ਸੀ, ਸਾਰੇ ਕੁਸ਼ਚਨ ਕਰਵਾਏ ਹੋਏ ਸੀ, ਕੋਈ ਵੀ ਇੱਦਾਂ ਦੇ ਕੁਸ਼ਚਨ ਨਹੀਂ ਹੈਗਾ ਜਿਹੜਾ ਨਾ ਕਰਵਾਇਆ ਹੋਵੇ, ਟੋਟਲ ਹੀ ਸਾਰੇ ਤੁਸੀਂ ਚੈੱਕ ਕਰ ਸਕਦੇ ਹੋ, ਹੈ ਨਾ, ਆਪਾਂ ਨੇ ਸਾਰੇ ਕਰਵਾਏ ਹੋਏ ਸੀ। ਹਾਂਜੀ, ਅਤੇ ਨੈਕਸਟ ਇਹ ਵੀ ਤੁਹਾਨੂੰ ਸਾਰੇ ਕਰਵਾਏ ਹੋਏ ਸੀ, ਇਹ ਤਾਂ ਆਪਣੇ ਕਰਵਾਏ ਕਿ ਕਿਸੇ ਵੀ ਜੋ ਮਰਜ਼ੀ ਕੁਸ਼ਚਨ ਆ ਤੁਸੀਂ ਐਡ ਕਰ ਦੇਣਾ, ਹੈ ਨਾ। ਹਾਂਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਗ੍ਰੈਮਰ ਦੇ ਆਨਸਰ ਕਰਵਾਉਂਦੀ ਹਾਂ, ਫਿਰ ਆਪਾਂ ਬਾਕੀ ਜਿਹੜੇ ਕਿ ਨੋਨ ਫਨਾਈਟ ਕਰ ਰਹੇ ਹਾਂ ਪਹਿਲਾਂ ਆਪਾਂ, ਫਿਰ ਆਪਾਂ ਕਰਾਂਗੇ ਨੋਟ ਮੇਕਿੰਗ। ਹਾਂਜੀ, ਨੋਨ ਫਨਾਈਟ ਦੇ ਵਿੱਚ ਇਹ ਸਾਰੇ ਰਿਪੀਟ ਨੇ, ਸਿਰਫ ਇਹਦੇ ਵਿੱਚੋਂ ਆ ਨਹੀਂ ਸੀ, ਬਾਕੀ ਇਹ 4 ਦੇ 4 ਰਿਪੀਟ ਨੇ, ਤਾਂ ਆਪਾਂ ਫਟਾਫਟ ਆਨਸਰ ਕਰ ਲੈਂਦੇ ਹਾਂ। ਹਾਂਜੀ, ਦੇ ਅਡਮਾਇਰ ਦਾ ਡੈਸ਼ ਸਟਾਰਸ, ਤਾਂ ਇਹਦੇ ਵਿੱਚ ਆਉਣਾ ਸੀ ਟਵਿੰਕਲਿੰਗ, ਠੀਕ ਹੈ, ਬਸ ਈ ਕੱਟਣਾ ਸੀ ਇਹਦੇ ਵਿੱਚੋਂ, ING ਲਗਾਉਣਾ ਸੀ ਇੱਥੇ, ਠੀਕ ਹੈ, ਕਈ ਵਾਰ ਨਾ ਬੱਚੇ ਈ ਵੀ ਲਿਖ ਕੇ ਫਿਰ ING ਉਹ ਰੋਂਗ ਹੋ ਜਾਂਦਾ, ਟਵਿੰਕਲਿੰਗ, ਠੀਕ ਹੈ, ਐਵੇਂ ਜਿਵੇਂ ਮੇਕਿੰਗ 'ਚ ਈ ਕੱਟ ਜਾਂਦਾ ਹੁੰਦਾ, ਅਤੇ ਇਹਦੇ ਵਿੱਚ ਕੀ ਆਉਣਾ ਸੀ ਟਵਿੰਕਲਿੰਗ, ਠੀਕ ਹੈ, ਇੰਕ ਫੋਮ ਲੱਗਣੀ ਸੀ। ਅੱਗੇ ਹੈਗਾ ਦਿਸ ਹੈਜ਼ ਨਥਿੰਗ ਡੈਸ਼ ਵਿਦ ਔਰੇਂਜ ਟੂ ਡੂ, ਟੂ ਡੂ, ਪਹਿਲਾਂ ਟੂ ਲਿਖਣਾ ਸੀ ਫਿਰ ਡੂ, ਸੈਕਿੰਡ ਦਾ ਆਨਸਰ ਸੀ। ਥਰਡ ਸੀ ਆਈ ਐਮ ਡੈਸ਼ ਅ ਲੈਟਰ, ਆਈ ਐਮ ਰਾਈਟਿੰਗ ਅ ਲੈਟਰ। ਨੈਕਸਟ ਸੀ 10 ਈਅਰਸ ਔਫ ਫਿਲਮ ਡੈਸ਼,
ਹੈਜ ਟਾਊਟ ਮੀ ਮੈਨੀ ਥਿੰਗਸ ਦਾ 10 ਈਅਰਸ ਔਫ ਫਿਲਮ ਵੀ ਜਿਹੜੇ 10 ਈਅਰਸ ਮੈਨੇ ਫਿਲਮਾਂ ਬਣਾਈ ਉਹਨਾਂ ਨੇ ਮੈਨੂੰ ਬਹੁਤ ਕੁਛ ਸਿਖਾਇਆ ਠੀਕ ਹੈ 10 ਈਅਰਸ ਔਫ ਫਿਲਮ ਮੇਕਿੰਗ ਅਤੇ ਇਹਦੇ ਵਿੱਚ ਇੰਗ ਫੋਰਮ ਲੱਗਣੀ ਸੀ ਮੇਕਿੰਗ ਫੋਰਥ ਆਂਸਰ ਸੀ ਮੇਕਿੰਗ ਅਤੇ ਨੈਕਸਟ ਸੀ ਫਿਫਥ ਇਹ ਵੀ ਰਿਪੀਟ ਹੋਇਆ ਸੀ ਅ ਡੈਸ਼ ਸਟੋਨ ਗੈਦਰਸ ਨੋ ਮੋਸਟ ਇਹਦੇ ਵਿੱਚ ਰੋਲਿੰਗ ਠੀਕ ਹੈ ਇੰਗ ਫੋਰਮ ਲੱਗਣੀ ਸੀ ਇਹਦੇ ਵਿੱਚ ਰੋਲ ਲਿਖ ਕੇ ਨਾਲ ਆਈ ਐਨ ਜੀ ਇਹ ਸੀ ਫਿਫਥ ਆਂਸਰ ਠੀਕ ਹੈ ਹਾਂਜੀ ਨੈਕਸਟ ਸੀ ਤੁਹਾਡਾ ਪੰਕਚੁਏਸ਼ਨਸ ਵੈਸੇ ਇੰਨੀ ਟਫ ਨਹੀਂ ਸੀ ਕੋਈ ਵੀ ਇਹਦੇ 'ਚ ਫਸਟ ਦੇ ਵਿੱਚ ਜਿਹੜੇ ਕਿ ਆਈ ਕੈਪੀਟਲ ਪਾਉਣੀ ਸੀ ਇਨ ਦਾ ਹੋਲ ਵਿਲੋ ਠੀਕ ਹੈ ਵੋਜ ਅ ਲੈਟਰ ਬੋਕਸ ਟੂ ਸਮੋਲ ਟੂ ਹੋਲਡ ਅ ਲੈਟਰ ਬੋਕਸ ਟੂ ਸਮੋਲ ਟੂ ਹੋਲਡ ਅ ਲੈਟਰ ਦੈਨ ਉਸ ਤੋਂ ਬਾਅਦ ਇੱਥੇ ਫੁੱਲ ਸਟੋਪ ਸੀ ਫਿਰ ਦੇਅਰ 'ਚ ਟੀ ਕੈਪੀਟਲ ਦੇਅਰ ਵੋਜ਼ ਇਲੈਕਟ੍ਰਿਕ ਬੈੱਲ ਬੈੱਲ ਤੋਂ ਬਾਅਦ ਕੌਮਾ ਠੀਕ ਹੈ ਬਟ ਇਟ ਕੁੱਡ ਨੋਟ ਮੇਕ ਅ ਸਾਊਂਡ ਇੱਥੇ ਫੁੱਲ ਸਟੋਪ ਫਿਰ ਆਲਸੋ ਤੋਂ ਬਾਅਦ ਕੌਮਾ ਦੇਅਰ ਵੋਜ਼ ਅ ਨੇਮ ਬੀ ਸਾਈਡ ਦਾ ਡੋਰ ਇੱਥੇ ਫੁੱਲ ਸਟੋਪ ਅਤੇ ਮਿਸਟਰ ਜੇਮਸ ਦੇ ਵਿੱਚ ਐੱਮ ਕੈਪੀਟਲ ਠੀਕ ਹੈ ਮਿਸਟਰ ਤੋਂ ਬਾਅਦ ਫੁੱਲ ਸਟੋਪ ਅਤੇ ਜੇ ਕੈਪੀਟਲ ਡਿਲੀਗੀਅਮ ਯੰਗ ਫੁੱਲ ਸਟੋਪ ਅਤੇ ਇਹ ਜਿਹੜਾ ਨੇਮ ਸੀ ਇਹ ਜਿਹੜੇ ਕਿ ਇਨਵਰਟਡ ਕੌਮਾਸ ਦੇ ਵਿੱਚ ਸੀ ਮਿਸਟਰ ਏ ਵਾਲਾ ਜਿਹੜਾ ਨੇਮ ਸੀ ਇਹ ਇਨਵਰਟਡ ਕੌਮੇ ਦੇ ਵਿੱਚ ਸੀ ਸੋ ਇਹ ਸੀ ਤੁਹਾਡੇ ਪੰਕਚੁਏਸ਼ਨ ਹਾਂਜੀ ਡੂ ਐਜ਼ ਡਾਇਰੈਕਟ ਦੇ ਵਿੱਚ ਜਿਹੜਾ ਕਿ ਹਾਂਜੀ ਕੰਪਲੈਕਸ ਹਾਂਜੀ ਸਿੰਪਲ ਸੈਂਟੈਂਸ ਬਣਾਉਣਾ ਹੀ ਮੇਡ ਫਿਲਮਸ ਵਿੱਚ ਵਰ ਅਬਾਊਟ ਰੂਲਰ ਫੋਕ ਤਾਂ ਇਹਦੇ ਵਿੱਚ ਬਣਾਉਣਾ ਸੀ ਆਪਾਂ ਨੇ ਸਿੰਪਲ ਬਣਾਉਣਾ ਸੀ ਇਹਦੇ ਵਿੱਚ ਵਗੈਰਾ ਸਭ ਕੁਝ ਕੱਟ ਜੂਗਾ ਅਤੇ ਇਹਦਾ ਬਣਨਾ ਸੀ ਹੀ ਮੇਡ ਰੂਲਰ ਫੋਕ ਫਿਲਮਸ ਹੀ ਮੇਡ ਸੈਕਿੰਡ ਆਂਸਰ ਫਸਟ ਬਾਅਦ 'ਚੋਂ ਦੱਸਦੀ ਹਾਂ ਹੀ ਮੇਡ ਰੂਲਰ ਫੋਕ ਫਿਲਮਸ ਹੀ ਮੇਡ ਰੂਲਰ ਫੋਕ ਫਿਲਮਸ ਠੀਕ ਹੈ ਇਹ ਬਣਨਾ ਸੀ ਸੈਕਿੰਡ ਆਂਸਰ ਸਿੰਪਲ ਬਣਾਉਣਾ ਸੀ ਇਹਨੂੰ ਹਾਂਜੀ ਦੇਖੋ ਇਹ ਵੀ ਰਿਪੀਟ ਸੀ ਇਹ ਵੀ ਰਿਪੀਟ ਸੀ ਠੀਕ ਹੈ ਇਹ ਵੀ ਇਹ ਬਸ ਥੋੜ੍ਹਾ ਜਿਹਾ ਚੇਂਜ ਸੀ ਇਹ ਵੀ ਰਿਪੀਟ ਸੀ ਇਹ ਵੀ ਰਿਪੀਟ ਸੀ ਅਤੇ ਇਹ ਵੀ ਰਿਪੀਟ ਸੀ ਇੱਥੇ ਵੈਸੇ ਰਾਮ ਲਿਖਿਆ ਸੀ ਹੁਣ ਦੇਵ ਆ ਗਿਆ ਹੈ ਨਾ ਇਹ ਵੀ ਰਿਪੀਟ ਸੀ ਅਤੇ ਇੱਕ ਆ ਵੀ ਸਿਮੀਲਰ ਜਿਹੀ ਸੀ ਇਹ ਇੰਨੇ ਜ਼ਿਆਦਾ ਰਿਪੀਟ ਸੀ ਹਾਂਜੀ ਹੁਣ ਆਪਾਂ ਕਰਦੇ ਨੈਕਸਟ ਦ ਥੀਫ ਸਾ ਦਾ ਪੁਲਿਸ ਹੀ ਰੇਨ ਅਵੇ ਅਤੇ ਇਹਦਾ ਬਣਨਾ ਸੀ ਇਹਦੇ 'ਚ ਆਪਾਂ ਨੇ ਜਿਹੜੇ ਕਿ ਨੋ ਸੂਨਰ ਅਤੇ ਦੈਨ ਯੂਜ਼ ਕਰਨਾ ਸੀ ਤਾਂ ਇਹਦੇ ਵਿੱਚ ਬਣਨਾ ਸੀ ਨੋ ਸੂਨਰ ਸਟਾਰਟਿੰਗ 'ਚ ਲੱਗਣਾ ਸੀ ਨੋ ਸੂਨਰ ਥਰਡ ਦਾ ਆਂਸਰ ਹੈ ਨੋ ਸੂਨਰ ਫਿਰ ਡਿਡ ਦਾ ਥੀਫ ਠੀਕ ਹੈ ਥੀਫ ਸੈਕਿੰਡ ਨੂੰ ਆਪਾਂ ਨੇ ਫਸਟ ਬਣਾਉਣਾ ਸੀ ਕਿਉਂਕਿ ਜਦੋਂ ਡਿਡ ਲੱਗ ਗਿਆ ਹੈਲਪਿੰਗ ਵਰਬ ਲੱਗ ਜਾਂਦੀ ਫਿਰ ਵਰਬ ਦੀ ਫਸਟ ਫਾਰਮ ਲੱਗਦੀ ਹੁੰਦੀ ਹੈ ਪਾਸਟ ਇਨਡੈਫੀਨੇਟ 'ਚ ਸੀ ਦਾ ਪੁਲਿਸ ਦੈਨ ਫਿਰ ਇੱਥੇ ਲੱਗਣਾ ਸੀ ਦੈਨ ਹੀ ਰੇਨ ਅਵੇ ਤਾਂ ਇਹ ਆਂਸਰ ਬਣ ਗਿਆ ਨੋ ਸੂਨਰ ਸਟਾਰਟਿੰਗ 'ਚ ਲੱਗ ਗਿਆ ਫਿਰ ਡਿਡ ਨੋ ਸੂਨਰ ਡਿਡ ਦ ਥੀਫ ਸਾਧਾ ਕੀ ਬਣ ਗਿਆ ਸੀ ਦਾ ਪੁਲਿਸ ਦੈਨ ਹੀ ਰੇਨ ਅਵੇ ਠੀਕ ਹੈ ਇਹ ਸੀ ਥਰਡ ਦਾ ਆਂਸਰ ਅੱਗੇ ਫੋਰਥ ਦਾ ਯੰਗ ਮੈਨ ਇਜ਼ ਗ੍ਰੇਟ ਸਿੰਗਰ
ਹੀ ਵਾਜ਼ ਸਿਟਿੰਗ ਨੈਕਸਟ ਟੂ ਯੂ, ਤਾਂ ਫੋਰਥ ਦਾ ਆਨਸਰ ਹੂ ਲਾ ਕੇ ਬਣਾਉਣਾ ਸੀ ਆਪਾਂ ਨੇ, ਤਾਂ ਬਣਨਾ ਸੀ ਦਾ ਯੰਗ ਮੈਨ ਹੂ ਇਜ਼ ਸਿਟਿੰਗ ਨੈਕਸਟ ਟੂ ਯੂ ਇਜ਼ ਅ ਗ੍ਰੇਟ ਸਿੰਗਰ, ਦਾ ਯੰਗ ਮੈਨ The young man who is sitting next to you, who is sitting next to you is a great singer, is a great singer. ਹਾਂਜੀ ਬਣ ਗਿਆ the young man who is sitting, who ਆਪਾਂ ਨੇ ਯੂਜ਼ ਕਰ ਲਿਆ ਵੀ ਉਹ ਯੰਗ ਮੈਨ ਜਿਹੜਾ ਤੁਹਾਡੇ ਅੱਗੇ ਬੈਠਾ ਸੀ ਇੱਕ ਮਹਾਨ ਸਿੰਗਰ ਸੀ, ਮਹਾਨ ਸਿੰਗਰ ਇਜ਼ ਲੱਗਾ ਹੋਇਆ, ਠੀਕ ਹੈ. the young man who is sitting next to you is a great singer. next ਸੀ ਹਾਂਜੀ ਐਜ ਸੂਨ ਐਜ ਚੇਂਜ ਦਾ ਵੋਇਸ ਤੋਂ ਪਹਿਲਾਂ ਫਿਫਥ ਰਹਿ ਗਿਆ ਆਪਣਾ ਦ ਬੋਲ ਬੌਂਸਡ ਵੈਰੀ ਹਾਈ ਟੂ ਲਾ ਕੇ ਯੂਜ਼ ਕਰਨਾ ਸੀ ਟੂ ਬਣਾਉਣਾ ਸੀ ਤਾਂ ਇਹਦੇ ਵਿੱਚ ਬਣਨਾ ਸੀ ਰਾਜੇ ਵੈਰੀ ਦੀ ਥਾਂ 'ਤੇ ਇਹ ਪਹਿਲਾਂ ਵੀ ਆਇਆ ਸੀ ਮਾਊਂਟੇਨ ਵਾਲਾ ਹੈ ਨਾ ਮਾਊਂਟੇਨ ਇਜ਼ ਵੈਰੀ ਹਾਈ ਤਾਂ ਬਸ ਸੇਮ ਹੈ ਬਸ ਮਤਲਬ ਕਿ ਬੋਲ ਆ ਜਿਹੜੀ ਕਿ ਬਹੁਤ ਉੱਚੀ ਉੱਛਲੀ ਤਾਂ ਇਹਦੇ ਵਿੱਚ ਬਣਨਾ ਸੀ ਵੈਰੀ ਦੀ ਥਾਂ 'ਤੇ ਆਪਾਂ ਨੇ ਟੂ ਯੂਜ਼ ਕਰਨਾ ਸੀ ਦ ਬੋਲ bounced too high ਜਿਹੜੇ ਬੱਚਿਆਂ ਨੇ ਐਨਕ ਲਿਖਤਾ ਉਹ ਵੀ ਠੀਕ ਆ ਜਿਹਨੇ ਬੱਚਿਆਂ ਨੇ ਇਹ ਵੀ ਲਿਖਤਾ ਦ ਬੋਲ ਬਾਊਂਸ ਟੂ ਹਾਈ ਟੂ ਕੈਚ ਉਹਨਾਂ ਦਾ ਵੀ ਠੀਕ ਹੈ ਵੀ ਬਹੁਤ ਉੱਚੀ ਉੱਛਲੀ ਉਹਨੂੰ ਕੈਚ ਕਰਨਾ ਔਖਾ ਹੋ ਗਿਆ ਮਤਲਬ ਕਿ ਉੱਚੀ ਉੱਠ ਗਈ ਬਹੁਤ ਜ਼ਿਆਦਾ ਕੈਚ ਕਰਨ ਦੇ ਲਈ ਦ ਬੋਲ ਬਾਊਂਸ ਟੂ ਹਾਈ ਟੂ ਕੈਚ ਜਿਹਨਾਂ ਨੇ ਇਕੱਲਾ ਹਾਈ ਤੱਕ ਲਿਖਤਾ ਉਹ ਵੀ ਠੀਕ ਹੈ ਮਤਲਬ ਕਿ ਵੈਰੀ ਥਾਂ 'ਤੇ ਇਕੱਲਾ ਟੂ ਯੂਜ਼ ਕਰਤਾ ਉਹ ਵੀ ਠੀਕ ਹੈ ਨੈਕਸਟ ਸੀ ਚੇਂਜ ਦਾ ਵੋਇਸ ਹਾਂਜੀ ਚੇਂਜ ਦਾ ਵੋਇਸ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜਿਹੜੇ ਕਿ ਲਾਵਾਂਗੇ ਇੱਥੇ ਪਹਿਲਾਂ ਟੈਂਸ ਦੀ ਪਹਿਚਾਣ ਕਰਨੀ ਸੀ ਇਹ ਸੀ ਪਾਸਟ ਕੰਟੀਨਿਊਸ ਆਪਣੇ 'ਚ ਰਹਿੰਦਾ ਨਾਲ ਲਗਾ ਲੈਂਦਾ ਬੀਇੰਗ ਤਾਂ ਪਹਿਲਾਂ ਓਬਜੈਕਟ ਕੀ ਸੀ ਹੈਲਪਿੰਗ ਔਰ ਵਰਬ ਉਸ ਤੋਂ ਬਾਅਦ ਸੀ ਓਬਜੈਕਟ ਦਾ ਪਲਾਂਟਸ ਸਿਕਸਥ ਆਨਸਰ ਦਾ ਪਲਾਂਟਸ ਵਰ ਬੀਇੰਗ ਦਾ ਪਲਾਂਟਸ ਵਰ ਵੀਂਗ ਵਾਟਰਡ ਦਾ ਪਲਾਂਟਸ ਵਰ ਵੀਂਗ ਵਾਟਰਡ ਠੀਕ ਹੈ ਵਾਈ ਦਾ ਗਾਰਡਨਰ ਦਾ ਪਲਾਂਟਸ ਵਰ ਵੀਂਗ ਵਾਟਰਡ ਬਾਏ ਦਾ ਗਾਰਡਨਰ ਠੀਕ ਹੈ ਤਾਂ ਇਹ ਹੋ ਗਿਆ ਆਪਣਾ ਤੁਹਾਡਾ ਜਿਹੜੇ ਕਿ ਸਿਕਸਥ ਦਾ ਆਨਸਰ ਦਾ ਪਲਾਂਟਸ ਵਰ ਵੀਂਗ ਵਾਟਰਡ ਬਾਏ ਦਾ ਗਾਰਡਨਰ ਹਾਂਜੀ ਨੈਕਸਟ ਸੀ ਤੁਹਾਡਾ ਐਜ ਸੂਨ ਐਜ਼ ਯੂਜ਼ ਕਰਨਾ ਸੀ ਦੇਵ ਰੀਜ਼ਡ ਦਾ ਸਟੇਸ਼ਨ ਦਾ ਟ੍ਰੇਨ ਸਟਾਰਟਡ ਅਤੇ ਪਹਿਲਾਂ ਰਾਮ ਲਾ ਕੇ ਬਣਾਇਆ ਹੋਇਆ ਹੈ ਨਾ ਆਇਆ ਹੋਇਆ ਪਹਿਲਾਂ ਪ੍ਰੀਵੀਅਸ ਇਗਜ਼ਾਮ ਦੇ ਵਿੱਚ ਆਏ ਲਾ ਕੇ ਵੀ ਆਇਆ ਹੋਇਆ ਤਾਂ ਇਸ 'ਚ ਐਜ਼ ਸੂਨ ਐਜ਼ ਵੀ ਸਟਾਰਟਿੰਗ 'ਚ ਲੱਗਣਾ ਸੀ
ਤਾਂ ਆਪਾਂ ਲਿਖਾਂਗੇ ਐਜ਼ ਸੂਨ ਐਜ਼, ਇਹ 7th ਆਨਸਰ ਹੈ, ਐਜ਼ ਸੂਨ ਐਜ਼ ਦੇਵ ਰੀਜ਼ਡ ਰੀਜ਼ਡ ਦਾ ਸਟੇਸ਼ਨ ਰੀਜ਼ ਦਾ ਸਟੇਸ਼ਨ, ਉਸ ਤੋਂ ਬਾਅਦ ਇੱਥੇ ਫੁੱਲ ਸਟੋਪ ਲੱਗੇ ਉਹਨੂੰ ਆਪਣੇ ਕੌਮੇ 'ਚ ਚੇਂਜ ਕਰ ਦੇਣਾ, ਦਾ ਟ੍ਰੇਨ ਸਟਾਰਟਡ। ਵੈਸੇ ਇਹਦੇ 'ਚ ਐਜ਼ ਸੂਨ ਐਜ਼ ਸਟਾਰਟਿੰਗ 'ਚ ਲੱਗਣਾ ਸੀ ਅਤੇ ਫੁੱਲ ਸਟੋਪ ਦੀ ਥਾਂ 'ਤੇ ਆਪਾਂ ਨੇ ਕੌਮਾ ਯੂਜ਼ ਕਰਨਾ ਸੀ, ਬਾਕੀ ਸਾਰਾ ਸੇਮ ਹੀ ਸੀ। ਦਾ ਟ੍ਰੇਨ ਸਟਾਰਟਡ ਐਜ਼ ਸੂਨ ਐਜ਼ ਦੇਵ ਰੀਜ਼ਡ ਦਾ ਸਟੇਸ਼ਨ ਦਾ ਟ੍ਰੇਨ ਸਟਾਰਟਡ। ਐਜ਼ ਸੂਨ ਐਜ਼ ਦਾ ਦੇਵ ਰੀਜ਼ਡ ਦਾ ਸਟੇਸ਼ਨ ਫੁੱਲ ਕੌਮਾ ਫੁੱਲ ਸਟੋਪ ਦੀ ਥਾਂ 'ਤੇ ਦਾ ਟ੍ਰੇਨ ਸਟਾਰਟਡ। ਹਾਂਜੀ, ਨੈਕਸਟ ਸੀ ਚੇਂਜ ਦਾ ਨਰੇਸ਼ਨ। ਤਾਂ ਚੇਂਜ ਦਾ ਨਰੇਸ਼ਨ ਦੇ ਵਿੱਚ ਸੀ ਦਾ ਔਥਰ ਰਿਮਾਰਕਡ, ਤਾਂ ਇਹਦੇ ਵਿੱਚ ਵੀ ਆਪਾਂ ਨੇ ਵੈਸੇ ਦਾ ਔਥਰ ਰਿਮਾਰਕਡ, ਠੀਕ ਹੈ, ਦਾ ਔਥਰ ਰਿਮਾਰਕਡ, ਫਿਰ ਕੌਮਾ ਅਤੇ ਇਨਵਰਟਡ ਕੌਮੇ ਸਟਾ ਕੇ ਡੈਟ ਅਰੋਰਾ ਵਾਜ ਦੈਟ, ਠੀਕ ਹੈ, ਬਸ ਵਾਜ ਲਗਾਉਣਾ ਸੀ ਦਾ ਔਥਰ ਅਤੇ ਇੱਕ ਡੈਟ ਲੱਗਣਾ ਸੀ ਇਹਦੇ ਵਿੱਚ, ਦਾ ਔਥਰ ਰਿਮਾਰਕਡ ਰਿਮਾਰਕਡ ਡੈਟ ਅਰੋਰਾ, ਇਸ ਦੀ ਥਾਂ 'ਤੇ ਬਸ ਵਾਜ ਬਣਨਾ ਸੀ ਵਾਜ ਦਾ, ਠੀਕ ਹੈ। ਅਤੇ ਜਿਨ੍ਹਾਂ ਨੇ ਦਾ ਔਥਰ ਰਿਮਾਰਕਡ ਸਰਪ੍ਰਾਈਜ਼ਡ ਡੈਟ ਉਹ ਵੀ ਠੀਕ ਜਾਊਗਾ। ਓਕੇ, ਦਾ ਔਥਰ ਰਿਮਾਰਕਡ ਵੈਸੇ ਕੌਮੇ ਹਟਾ ਕੇ ਕੀ ਲਗਾਉਣਾ ਸੀ ਆਪਾਂ ਨੇ, ਡੈਟ, ਬਾਕੀ ਸਾਰਾ ਸੇਮ ਸੀ ਅਤੇ ਇਸ ਦੀ ਥਾਂ 'ਤੇ ਲਗਾਉਣਾ ਸੀ ਵਾਜ। ਇਹ ਸੀ ਤੁਹਾਡਾ ਨੰਬਰ 8 ਚੇਂਜ ਦਾ ਨਰੇਸ਼ਨ, ਦਾ ਔਥਰ ਰਿਮਾਰਕਡ ਡੈਟ ਅਰੋਰਾ ਵਾਜ, ਠੀਕ ਆ, ਬਾਕੀ ਸਾਰਾ ਸਿਮੀਲਰ ਸੀ। ਹਾਂਜੀ, ਐਕਸਕਲੇਮੇਟਰੀ ਸੈਂਟੈਂਸ ਬਣਾਉਣਾ ਸੀ, ਵੀ ਹੈਵ ਵੋਨ ਦਾ ਮੈਚ, ਤਾਂ ਇਹਦੇ ਵਿੱਚ ਵੋਨਣਾ ਸੀ ਆਪਣਾ ਹੁਰਰਾ, ਠੀਕ ਆ, ਹੁਰਰਾ ਲਿਖ ਕੇ ਉਸ ਤੋਂ ਬਾਅਦ ਐਕਸਕਲੇਮੇਟਰੀ ਸਾਈਨ ਵੀ ਹੈਵ ਵੋਨ ਦਾ ਮੈਚ। ਐਕਸਕਲੇਮੇਟਰੀ ਸਾਈਨ, ਬਸ ਹੁਰਰਾ ਪਹਿਲਾਂ ਯੂਜ਼ ਕਰਨਾ ਸੀ ਤਾਂ ਐਕਸਕਲੇਮੇਟਰੀ ਸਾਈਨ, ਬਸ ਬਾਕੀ ਸਾਰਾ ਉਵੇਂ ਸੀ। ਵੀ ਹੈਵ ਵੋਨ ਦਾ ਮੈਚ, ਇਹ ਸੀ ਨੰਬਰ 9 'ਤੇ, ਹੁਰਰਾ ਵੀ ਹੈਵ ਵੋਨ ਦਾ ਮੈਚ। ਨੈਕਸਟ ਸੀ ਈਦਰ ਔਰ ਯੂਜ਼ ਕਰਨਾ, ਈਦਰ ਮੈਂ ਤੁਹਾਨੂੰ ਜਦੋਂ ਕਰਵਾਏ ਸੀ ਮੈਂ ਤੁਹਾਨੂੰ ਦੱਸਿਆ ਸੀ ਕਿ ਸਟਾਰਟਿੰਗ ਦੇ ਵਿੱਚ ਲਗਾ ਲਓ, ਠੀਕ ਹੈ, ਵਿਚਕਾਰ ਵੀ ਲੱਗ ਜਾਂਦਾ ਤਾਂ ਸਟਾਰਟਿੰਗ 'ਚ ਲਾ ਕੇ ਈਜ਼ੀਲੀ ਬਣ ਜਾਂਦਾ। ਸ਼ੀ ਕੈਨ ਪਲੇ ਸ਼ੀ ਕੈਨ ਸਟੱਡੀ, ਤਾਂ ਇਹ ਬਣਨਾ ਸੀ ਈਦਰ ਸ਼ੀ ਕੈਨ ਪਲੇ ਔਰ ਸਟੱਡੀ, ਔਰ ਸਟੱਡੀ ਮਤਲਬ ਕਿ ਸ਼ੀ ਕੈਨ ਕੱਟਣਾ ਸੀ ਬਸ, ਈਦਰ ਸਟਾਰਟਿੰਗ 'ਚ ਲਗਾ ਕੇ ਸ਼ੀ ਕੈਨ ਪਲੇ ਔਰ ਸਟੱਡੀ, ਈਦਰ ਨੂੰ ਈਦਰ ਸ਼ੀ ਕੈਨ ਪਲੇ ਔਰ ਸਟੱਡੀ। ਹੁਣ ਰਹਿ ਗਏ ਤੁਹਾਡਾ ਨੋਟ ਮੇਕਿੰਗ, ਨੋਟ ਮੇਕਿੰਗ 'ਚ ਤਾਂ ਤੁਹਾਨੂੰ ਵੈਸੇ ਪਤਾ ਹੀ ਲੱਗ ਰਿਹਾ ਕਿ ਹੈ ਇਹਦਾ ਟਾਈਟਲ ਦੇਣ ਨੂੰ, ਠੀਕ ਹੈ, ਟਾਈਟਲ ਇਹਦੇ ਵਿੱਚ ਜਿਹੜਾ ਸੀ ਇਹ ਚੈਪਟਰ ਦੇ ਵਿੱਚੋਂ ਹੀ ਪੁੱਛਿਆ ਹੋਇਆ। ਹਾਂਜੀ, ਇਹ ਸੀ ਮਿਸਟਰ ਨੋ ਆਲ ਦੇ ਵਿੱਚੋਂ ਸੀ, ਹੈ ਨਾ, ਅਤੇ ਇਹ ਸੀ ਜਿਹੜੇ ਕਿ ਤੁਹਾਡਾ ਜਿਹੜੇ ਕਿ ਫਿਲਮ ਮੇਕਿੰਗ ਦੇ ਵਿੱਚੋਂ ਜੇ ਆਪਾਂ ਇਹਦਾ ਟਾਈਟਲ ਕੱਢੀਏ ਤਾਂ ਪਾਥਰ ਪੰਚਾਲੀ, ਠੀਕ ਹੈ,
ਅਤੇ ਬਾਕੀ ਇਹਦੇ ਵਿੱਚੋਂ ਮੈਂ ਤੁਹਾਨੂੰ ਦੱਸਿਆ ਸੀ ਵੀ ਜੇ ਤੁਹਾਨੂੰ ਕੁਛ ਵੀ ਨਹੀਂ ਕਰਨ ਆ ਰਿਹਾ ਵੀ ਪਹਿਲੀ ਲਾਈਨ ਪੜ੍ਹ ਕੇ ਫਿਰ ਉਹਦੇ ਅੱਗੇ ਪੁਆਇੰਟ ਬਣਾਉਣੇ ਨਹੀਂ ਆ ਰਹੇ ਤਾਂ ਤੁਸੀਂ ਇਹਦੇ ਵਿੱਚੋਂ ਵੈਸੇ ਸੰਟੈਂਸ ਨੂੰ ਰਿਡਿਊਸ ਕਰ ਕਰਕੇ ਮਤਲਬ ਕਿ ਜਿਵੇਂ ਆਪਾਂ ਸ਼ੋਰਟਕੱਟ ਮਾਰਦੇ ਹੁੰਦੇ ਹਾਂ ਉਵੇਂ ਜਿਹੜੇ ਕਿ ਤੁਸੀਂ 3-4 ਸੰਟੈਂਸ ਲਿਖ ਦੇਣੇ ਸੀ 1-2-3 ਕਰਕੇ ਠੀਕ ਹੈ। ਵੈਸੇ ਇਹ ਤਾਂ ਜਿਹੜੇ ਕਿ ਇੱਕ ਇਹਦੇ ਵਿੱਚੋਂ ਸ਼ਾਂਤੀ ਗੈਸ ਪੇਪਰ 'ਚ ਆਇਆ ਮੈਂ ਤੁਹਾਨੂੰ ਦਿਖਾਉਂਦੀ ਹਾਂ। ਹਾਂਜੀ ਇਹ ਸ਼ਾਂਤੀ ਗੈਸ ਪੇਪਰ 'ਚ ਆਇਆ ਹੋਇਆ। ਹਾਂਜੀ ਇਹ ਸੀ ਤੁਹਾਡੇ ਆਨਸਰ। ਥੈਂਕਸ।